ਬੌਂਸਾਂ ਜਾਂ ਪੁਆੜਾ ਬਣਾਇਆ ਨੇ ਨਿੱਕ ਪਾਂਚੇ ਛੁੰਕ ਹੈ ਜਿਹੜਾ ਲਗੇ ਇਹਨੂੰ ਐ ਭਰੀ ਜਾਣੇ ਨਿੱਧਰ ਕੜਾਹੀ ਵਿੱਚ ਜਿਹੜਾ ਵੈ ਸੱਟਣੇ ਨਿੱਧਰੋਂ ਬਾਬਾ ਔਰ ਚਾਹਣੇ ਤਾਂ ਇੱਧਰ ਹੈ ਭਾਈ ਔਰ ਚਾਹਿਆ ਗਰਮਾਲਾ ਇਹ ਮਾਰੀ ਜਾਣੇ ਨਹੀਂ ਆ ਜਿਹੜਾ ਨਾ ਕਿਤਨਿਆਂ ਘੰਟਿਆਂ ਨਾਲ ਪੋ ਸੀ ਪੋ ਘੰਟਿਆਂ ਨਾਲ ਬਹੁਆਂ ਨਾਲ ਜੀ ਪੋ ਤਕਰੀਬਨ 600 ਮਾਣਾ ਹੈ ਇਹ ਲੱਸੀ ਸੱਸੀ ਲਾਣੇ ਹੋ ਕੋਨੀ ਜੀ ਲਾਣੇ ਆ ਤੇ ਅੱਜ ਆਂਦੀ ਇਹ ਕੋਨੀ ਖਲਾੜਾ ਅੱਛਾ ਉਸਤਾਦ ਜੀ ਇੱਕ ਹੀ ਲਿਓ ਲਾਸੋ ਨਹੀਂ ਆਪਣੂ ਹੋਰ ਲਾਸੋ ਮੈਂ ਇੱਕ ਹੋਰ ਲਾਸਾਂ ਦੋ ਅੱਛਾ ਮੈਦੇ ਦਾ ਜਿਹੜਾ ਨਾ ਨਾਸ਼ਤਾ ਜਾਂ ਇਹ ਜਿਹੜੀਆਂ ਚੀਜ਼ਾਂ ਨਾ ਜਿਤਨੀ ਚਸ ਕਰਨੀਆਂ ਘਰ ਨਹੀਂ ਕਰਨੀਆਂ ਅਸਲਾਮ ਵਾਲੇਕੁਮ ਜੀ ਉਮੀਦ ਕਰ ਰਹੇ ਹਾਂ ਸਰ ਠੀਕ ਠਾਕ ਹੋ ਸੋ ਖੈਰੀ ਮੇਰੀ ਸੋ ਮਾੜਾ ਨਾ ਸੀਗੇ ਬਿਲਾਲ ਹੈ ਸਰ ਸੰਦਗਣੇ ਵੀ ਐਕਸਪਲੋਰ ਪਠਵਾਰ ਯੂਟਿਊਬ ਚੈਨਲ ਤੇ ਅਸਾਂ ਇਸ ਟਾਈਮ ਮੌਜੂਦ ਹਾਂ ਜੀ ਖਰਾਲੀ ਤੇ ਇੱਥੇ ਜਿਹੜਾ ਵਾ ਪਿੱਛੇ ਤੁਸਾਂ ਕੀ ਨਜ਼ਰ ਅਛਨਾ ਹੋ ਸੀ ਵੀ ਆ ਜਣੇ ਲਗੇ ਨੋ ਐ ਪਾਰ ਇਹ ਬਣਾਈ ਨੇ ਖੇਲ ਜੀ ਤੇ ਇਸਨੇ ਵੀ ਜਿਹੜਾ ਨਾ ਗਾਰਾ ਸ਼ਾਰਾ ਆਈਆਂ ਉਹ ਪੈਰਾਂ ਨਾਲ ਜਿਹੜਾ ਗੁੱਧਾ ਨੇ ਸਹੀ ਪੋਸ਼ ਪਾ ਕੇ ਤੇ ਲਗੇ ਫੁਹਾੜਾ ਪੇ ਲਿਮੜੇ ਤੇ ਫੁਹਾੜਾ ਫੁਹਾੜਾ ਵੀ ਜਿਹੜਾ ਵਾ ਨਾ ਬੌਂਸਾਂ ਜਿਹਾ ਫੁਹਾੜਾ ਬਣਾਇਆ ਨੇ ਨਿੱਕੇ ਨਿੱਕੇ ਫੁਹਾੜੇ ਹੈ ਜੇ ਤੇ ਤੁਸੀਂ ਤੱਕੇ ਹੋ ਸੁਣੋ ਇਹ ਪਹਿਲਾਂ ਪਹਿਲਾਂ ਜਿਹੜਾ ਵਾ ਮੰਜੀਆਂ ਨਾਲ ਜਿਹੜਾ ਨਾ ਬਣਾਉਣੇ ਹੋਣੇ ਸਨ ਮੰਜੀਆਂ ਆਈਆਂ ਲਾ ਕੇ 6 ਮੰਜੀਆਂ ਨਾਲ ਫੁਹਾੜਾ ਆਉਣਾ ਸੀ 4 ਮੰਜੀਆਂ ਨਾਲ ਫੁਹਾੜਾ ਆਉਣਾ ਸੀ ਇਹ ਜਿਸ ਤਰ੍ਹਾਂ ਇਹ ਲੱਗੇ ਆਏ ਤਕਰੀਬਨ ਇਹ 6 ਮੰਜੀਆਂ ਨਾਲ 5 ਮੰਜੀਆਂ ਨਾਲ ਤਾਂ ਇਹ ਜਿਹੜਾ ਵਾ ਕੋਈ 80 ਫੁੱਟ ਜਿਹੜਾ ਨਾ ਜੀ ਜਾਲੀ ਹੈ ਤਾਂ ਇਸਨੇ ਵਿੱਚ ਜਿਹੜਾ ਸੈਂਕੜਿਆਂ ਨੇ ਹਿਸਾਬ ਤੇ ਮਣਾ ਜਿਹੜਾ ਵਾ ਪੋ ਜਿਹੜਾ ਇਸਨੇ ਵਿੱਚ ਜਿਹੜਾ ਨਾ ਬਾਹਿਆ ਨੇ ਪੋ ਸੇਵ ਕਰਨਾ ਨਾ ਜਿਹੜਾ ਵੈ ਇਹ ਤਰੀਕਾ ਹੈ ਜੀ ਕਿਉਂਕਿ ਇਹ ਗੈਰਾਜ ਸ਼ਾਜ ਜਾਂ ਇਸ ਤਰ੍ਹਾਂ ਨਾਲ ਜਗ੍ਹਾ ਉਸਨੇ ਵਿੱਚ ਕਾਫੀ ਜਿਹੜਾ ਨਾ ਉਸਨੇ ਮੱਲਣ ਹੋਣੀ ਹੈ ਜੁਲਨੇ ਹਾਂ ਜੀ ਤਾਂ ਇਹਨਾਂ ਨਾਲ ਜਿਹੜਾ ਵਾ ਗੱਪ ਸ਼ੱਪ ਮਾਰਨੇ ਆ ਕਦੋਂ ਤੂੰ ਇਹ ਸ਼ੁਰੂ ਕੀਤਾ ਨੇ ਤੇ ਹੁਣ ਜਿਹੜਾ ਵੈ ਇਹ ਮੁਕੰਮਲ ਆਖਰੀ ਮਰਾਇਲ ਵਿੱਚ ਹੈ ਆਓ ਜੀ ਇਹਨਾਂ ਨਾਲ ਗੱਪ ਸ਼ੱਪ ਮਾਰਨੇ ਆ ਅਸਾਂ ਪਹੁੰਚ ਗਏ ਹਾਂ ਜੀ ਮੋਟਰਸਾਈਕਲ ਖਿਲਾਇਆ ਮੋਟਰਸਾਈਕਲ ਇੱਥੇ ਇਹਨਾਂ ਜਣਿਆ ਬਹੁਤ ਸਾਰੇ ਖਿਲਾਏ ਆਪਣੇ ਜਿਹੜਾ ਲਗੇ ਨੇ ਦੁੱਧ ਇਹਨਾਂ ਡੱਬਾ ਵੀ ਆ ਪਿੱਛੇ ਵੱਧੇ ਆ ਨੇ ਇਹ ਚੈੱਕ ਕਰੋ ਨਾ ਇਹ ਵਿੱਚ ਪਹਿਲਾਂ ਜਿਹੜਾ ਵੈ ਜਾਲੀ ਲਾਈ ਨੇ ਡੰਡੇ ਲਾ ਕੇ ਤੇ ਉਸਨੇ ਨਾਲ 12 ਪਲੇਟੀਆਂ ਨੇ ਲੋਹੇ ਨੀਆਂ ਇਹ ਪੜਸਾਂਗ ਵੀ ਰੱਖੀ ਨੇ 2 ਪੜਸਾਂਗਾਂ ਰੱਖੀਆਂ ਨੇ ਉੱਪਰ ਚੜ੍ਹ ਕੇ ਲਿਮੜਨ ਪੇ ਗਾਰੇ ਨਾਲ ਜਿਹੜਾ ਨਾ ਇਹ ਵਿੱਚ ਤਾਰ ਜਿਹੜੀ ਹੈ ਸਾਈਡਾਂ ਨਾਲ ਪਲੇਟੀ ਨੇ ਜਾਲੀ ਹੈ ਦੂਈ ਜਿਹੜੀ ਹੈ ਪਤਲੀ ਜਾਲੀ ਹੈ ਅਤੇ ਨਾਲ ਜਿਹੜਾ ਤਾਰ ਪਲੇਟੀ ਹੈ ਇਹ ਵਿੱਚ ਸਰਿਓਂ ਨੇ ਜਿਹੜਾ ਨਾ ਸਾਈਡਾਂ ਨਾਲ ਕਾਈ ਆ ਦੱਬ ਆ ਇਹ ਕਣਕ ਆ ਇਹ ਲਾਣੇ ਹੋਣੇ ਨੇ ਇਹ ਚੈੱਕ ਕਰੋ ਨਾ ਜੀ ਪਾਂਚੇ ਛੁੰਕ ਹੈ ਜਿਹੜਾ ਲਗੇ ਇਹਨੂੰ ਇਹ ਭਰੀ ਜਾਣੇ ਨਿੱਧਰ ਕੜਾਹੀ ਵਿੱਚ ਜਿਹੜਾ ਵੈ ਸੱਟਣੇ ਨਿੱਧਰੋਂ ਤੇ ਇੱਧਰੋਂ ਜਿਹੜਾ ਨਾ ਬਾਬਾ ਔਰ ਚਾਹਣੇ ਤਾਂ ਇੱਧਰ ਹੈ ਭਾਈ ਔਰ ਚਾਹਿਆ ਗਰਮਾਲਾ ਇਹ ਮਾਰੀ ਜਾਣੇ ਨਹੀਂ ਆ ਜਿਹੜਾ ਨਾ ਲਿਮਣ ਹੋਣਾ ਪਿਆ ਜੀ ਤੇ ਇਹੀ ਆ ਕੋਈ ਥੋੜ੍ਹਾ ਜਿਹਾ ਹੀ ਰਹਿ ਗਿਆ ਨੇ ਫੱਟਾ ਵੀ ਇਹ ਉੱਪਰ ਰੱਖੇ ਆ ਨੇ ਇਹਨਾਂ ਨਾਲ ਗੱਲਬਾਤ ਕਰਨੀ ਅਸਲਾਮ ਵਾਲੇਕੁਮ ਜੀ ਭਜਾਨ ਕਣਕ ਠੀਕ ਰਹਿਣੀ ਹੈ ਮਜ਼ਬੂਤ ਹੋਣੀ ਹੈ ਨਾ ਇਸਨੇ ਕਿਸਨੇ ਕੋਈ ਨਹੀਂ ਆਉਣਾ ਸਹੀ ਹੋ ਗਿਆ ਤਾਂ ਇਹ ਇਸਨੇ ਕਿਤਨਾ ਇੱਕ ਮਨ ਭੋ ਆਇਆ ਹੋ ਸੀ ਉਹ ਹੁਣ ਇਹਨਾਂ ਬਜ਼ੁਰਗਾਂ ਕੀ ਜ਼ਿਆਦਾ ਬਿਹਤਰ ਪਤਾ ਹੋ ਸੀ ਜੇ ਲੱਗਾ ਜਾਸੋ ਤੁਸਾਂ ਅੱਛਾ ਅੱਛਾ ਤੁਸਾਂ ਕਿਹੜੇ ਗ੍ਰਾਂ ਨੇ ਹੋ ਟੋਕਦਾਨੀ ਨੇ ਅੱਛਾ ਟੋਕਦਾਨੀਆਂ ਨੇ ਜੀ ਇਹ ਜਿਹੜਾ ਵੈ ਨਾਲ ਲਗੇ ਨਾ ਤੇ ਇਹ ਇੱਧਰ ਹੈ ਚਾਚੇ ਹੋਣਾ ਜਿਹੜਾ ਤ੍ਰਿੰਗਲ ਚਾਈ ਹੈ ਇਹਨਾਂ ਨਾਲ ਗੱਲਬਾਤ ਕਰਨੇ ਆ ਪੱਗ ਬੱਧੀ ਨੇ ਚਾਚਾ ਜੀ ਕੀ ਹਾਲ ਹੈ ਠੀਕ ਹੋ ਜੀ ਜੀ ਅੱਲਾ ਦਾ ਸ਼ੁਕਰ ਜੀ ਪੋ ਤੁਸਾਂ ਨਾਮ ਫੋੜਾ ਜੀ ਜੀ ਭਾਈ ਇਹ ਨਾ ਅੱਛਾ ਅੱਛਾ ਕੀ ਨਾਮ ਤੁਸਾਂ ਨਾ ਜਮੀਲ ਨਾਂ ਜੀ ਜਮੀਲ ਨਾਂ ਨੇ ਤੇ ਇਹ ਦੱਸੋ ਕਿ ਕਿਤਨਿਆਂ ਘੰਟਿਆਂ ਨਾਲ ਪੋ ਸੀ ਪੋ ਘੰਟਿਆਂ ਨਾਲ ਬਹੁਆਂ ਨਾਲ ਜੀ ਪੋ ਤਕਰੀਬਨ 600 ਮਾਣਾ ਹੈ ਅੱਛਾ 600 ਮਾਣ ਜੀ ਮਾਸ਼ਾਅੱਲਾ ਚੈੱਕ ਕਰੋ ਇੱਕ ਵਾਰੀ ਮੈਂ ਪਿੱਛੋਂ ਹੋ ਕੇ ਤੁਸਾਂ ਕੀ ਆਈਆਂ ਜਿਹੜਾ ਨਾ ਦੂਰੋਂ ਹੋ ਕੇ ਤਕਾਵਾਂ ਬਹੁਤ ਬੜੀ ਬਲਾ ਜਿਹੜਾ ਨਾ ਆਈਆਂ ਪੂਰਾ ਇਹ ਪਹਾੜ ਜਿਹਾ ਆਈਆਂ ਜਿਹੜਾ ਨਾ ਲਾਇਆ ਨੇ ਇਹ ਚੈੱਕ ਕਰੋ ਨਾ ਇਹ ਸੈਦਰੀਆਂ ਇਹ ਚੌਵਾਂ ਪਾਸਿਓਂ ਹੈ ਅਤੇ ਇਹ ਕੋਈ ਬੋਰੇ ਸ਼ਰੇ ਵੀ ਹੈ ਪਾ ਰੱਖੀ ਨੇ ਇਹ ਲਈ ਜਿਹੜੀ ਹੈ ਵਿੱਚ ਇਸਨੇ ਮਿਕਸ ਕਰਨੇ ਨਾ ਇਹ ਕਦੋਂ ਨਾ ਲਿਮੜੇ ਪਏ ਹੋ
ਇਹ ਜੀ ਅੱਜ ਤਰੀਆ ਦਿਹਾੜਾ ਹੋ ਗਿਆ ਲਿਮਣੇ ਆ। ਅੱਛਾ ਲਿਮਣੇ ਤੇ ਇਹ ਲਾਣਿਓ ਕਿੰਨਾ ਟਾਈਮ ਲਗਾ ਸੀ? ਤਕਰੀਬਨ 10 ਇੱਕ ਦਿਹਾੜੇ ਲਾਏ ਨੇ ਲਾਣਿਓ। ਅੱਛਾ ਅੱਛਾ ਲਾਣਿਓ ਵੀ 10 ਇੱਕ ਦਿਹਾੜੇ ਲਾਏ ਨੇ ਜੀ। ਤੇ ਇਹ ਛੋਟੇ ਛੋਟੇ ਲਾਵਰ ਨਾ ਐਡਾ ਵੱਡਾ ਹੈ ਕੀ ਇਹ ਖਰਾਬ ਨਹੀਂ ਹੋਣ ਲੱਗਾ ਪਾਣੀਆਂ ਨਾਲ ਜਾਂ ਬਾਰਿਸ਼ਾਂ ਨਾਲ? ਖਰਾਬ ਨਹੀਂ ਹੋਣ ਲੱਗਾ ਜੀ, ਤੇ ਕਈ ਵਕਤ ਕੀਤਾ ਭਾਈ ਕਈ ਲਾਈਆ। ਸਹੀ ਹੋ ਗਿਆ ਜੀ ਜੀ। ਠੀਕ ਹੈ ਜੀ, ਜਣੇ ਇੱਧਰ ਚੈੱਕ ਕਰੋ ਨਾ, ਇਹ ਲਗੇ ਨੇ, ਇਹ ਆਪੂ ਦਿਹਾੜੀ ਤੇ ਲਗੇ ਨੇ ਜਣੇ? ਨਹੀਂ, ਇਹ ਆਪਣੇ ਭਾਈ ਨੂੰ ਮਦਦ ਕਰਨ ਆਏ। ਅੱਛਾ ਅੱਛਾ, ਲੇਤਰੀ ਲੇਤਰੀ ਠੀਕ ਠੀਕ, ਲੇਤਰੀ ਵਾਲਾ ਪਹਿਲਾਂ ਨਿਜ਼ਾਮ ਹੋਣਾ ਸੀ ਜਿਸ ਤਰ੍ਹਾਂ ਜਿਹੜਾ ਨਾ ਜੀ, ਹੁਣ ਇਹ ਲੇਤਰੀ ਵਾਲਾ ਵੈਸੇ ਘੱਟ ਹੋ ਗਿਆ ਨਿਜ਼ਾਮ। ਹੋ ਗਿਆ ਜੀ, ਹੁਣ ਤਾਂ ਬੰਦਾ ਲੇਤਰੀ ਤੇ ਮੂੰਹ ਹੀ ਕੋ ਨਹੀਂ ਦੇਣਾ ਜੀ ਭਾਈ ਜੀ। ਹੁਣ ਆਣੇ ਜੀ, ਪਹਿਲਾਂ ਜਿਹੜਾ ਮਜ਼ਦੂਰੀ ਦਿਓ ਜੀ ਜੀ, ਇਹ ਉਹਨਾਂ ਕੀ ਹੁਣ ਕਹੇ ਟੂੜਾ ਛੂੜਾ ਹੀ ਖਲਾਸੋ? ਰੋਟੀ ਛੋਟੀ ਖਲਾਣੀ ਪੈਸੀ ਜੀ ਹੁਣ। ਸਹੀ ਗੱਲ, ਚਾਹ ਪਾਣੀ ਰੋਟੀ ਪਾਣੀ ਚਾਹ ਪਾਣੀ ਤੇ। ਇਹ ਦੱਸੋ ਚਾਚਾ ਜੀ, ਤੁਸੀਂ ਵੀ ਜਾਣੇ ਰਹਿਣੇ ਹੋ ਇਹਨਾਂ ਕੋਲੋਂ? ਜਾਣੇ ਰਹਿਣੇ ਆ ਜੀ, ਜਾਣੇ ਰਹਿਣੇ ਆ, ਤਾਂ ਕੰਮ ਸ਼ਾਮ ਹੋਇਆ ਤੇ ਤਾਂ ਹੀ ਤਸ਼ਰੇ ਨਾ ਜੀ ਆਣ ਜੀ ਕੀ ਜੀ ਹੈ ਨਾ, ਕਿਆ ਖਿਆਲ ਹੈ ਤੇ ਉਹ ਇਸ ਵਜ੍ਹਾ ਤੋਂ ਜਿਹੜਾ ਜੀ ਆਏ ਨੇ ਵੀ ਜਣੇ ਦਾ ਉਹ ਚੈੱਕ ਕਰੋ ਨਾ, ਪੁਰ ਗਰਮਾਲਾ ਪੇ ਮਾਰਨੇ ਸਹੀ ਜਿਹੜਾ ਨਾ ਬਿਹਤਰੀਨ ਕਿਸਮ ਨਾ ਇਹ। ਅੱਛਾ ਉਸਤਾਦ ਜੀ, ਇੱਕ ਹੀ ਲਿਓ ਲਾਸੋ ਨੇ ਜਾਂ ਆਪਣੂ ਹੋਰ ਲਾਸੋ? ਇੱਕ ਹੋਰ ਲਾਸਾਂ ਦੋ। ਅੱਛਾ ਇਹ ਸੁਖਸੀ ਤੇ ਫਿਰ ਅਪਰੂ ਲੱਗਦੀ ਹੈ ਜੀ? ਅੱਛਾ ਅੱਛਾ, ਦੂਏ ਦਿਹਾੜੇ ਆਉਣੇ ਜੀ, ਦੂਆ ਲਾਸਾਂ ਅਪਰੂ ਜਿਹੜਾ ਨਾ ਤੈ ਦੂਈ ਲੱਗਸੀ ਤੇ ਫਿਰ ਨਹੀਂ ਜਾਣਾ, ਕਿਆ ਖਿਆਲ ਹੈ? ਸਹੀ ਹੋ ਗਿਆ। ਤੇ ਇਹ ਚਾਚਾ ਜੀ ਡੰਗਰ ਕਿਤਨੇ ਇੱਕ ਰੱਖੇ ਨੇ? ਡੰਗਰ ਤਕਰੀਬਨ 18-20 ਡੰਗਰ। ਅੱਛਾ ਅੱਛਾ, 18-20 ਦੇ ਪੂਰਾ ਹੋ ਜੇ ਸੀ ਜਾਂ ਵੇਚੋ ਵੀ? ਹੋਰ ਵੀ ਥਿਆ ਵੈ, ਇਹ ਤਾਂ ਆ ਸਿਆਲੇ ਵਾਸੀ ਖਾਲੀ ਰੱਖਿਆ ਨਾ। ਅੱਛਾ ਅੱਛਾ, ਇਹ ਸਿਆਲੇ ਵਾਸੀ, ਬਾਕੀ ਅੰਦਰਾਂ ਸੱਟੇ ਆ ਉਸ ਜੀ ਤੇ ਵੀ ਉਸ ਫੁਹਾੜੇ ਮੈਂ ਵੀ ਲੱਗਣੇ ਬੜੇ ਬੜੇ ਤੱਕੇ ਨੇ, ਲੇਕਿਨ ਇਹ ਜਿਹੜਾ ਬਹੁ ਸਾਂਝ ਜਿਹਾ ਫੁਹਾੜਾ ਲਾਇਆ ਨੇ। ਇਹ ਇੱਧਰ ਚਾਚਾ ਔਰ ਵੀ ਆਏ ਨੋ ਜੀ, ਇੱਧਰ ਬੈਠੇ ਨੇ ਤੱਕਣੇ ਨੇ ਬੰਦੇ ਬਹੁ ਸਾਰੇ ਜਿਹੜਾ ਨਾ, ਉਹ ਉਧਰੋਂ ਇੱਕ ਹੋਰ ਭਾਈਆ ਆ ਰਿਹਾ ਵੈ। ਇਹ ਚਾਚਾ ਜੀ ਤੱਕਣ ਆਏ ਹੋ ਤੁਸੀਂ? ਅਸਾਂ ਬਿਲਕੁਲ ਤੱਕਣ ਆਏ ਹਾਂ ਜੀ। ਅੱਛਾ ਅੱਛਾ, ਇਹ ਫੁਹਾੜਾ ਜਿਹੜਾ ਨਾ ਇਤਨਾ ਬੜਾ ਫੁਹਾੜਾ ਜਾਣੇ ਨੀ, ਬਹਾਦਰੀ ਹੈ ਜੀ। 80 ਫੁੱਟ ਤੇ ਮਾਖਲ ਹੈ, ਇਹ ਜਾਲੀ ਹੈ, ਜਾਲੀ ਹੈ ਜੀ। ਤੇ ਉਹ ਜਿਹੜਾ ਜਣਾ ਹੈ ਤੇ ਬਹੁ ਮਾਸਟਰ ਹੈ ਨਾ ਫੁਹਾੜੇ ਲਿਮਣੇ ਨਾ। ਕਿਹੜਾ ਜੀ? ਬਾਵਾ ਔਰ ਜਿਹੜਾ ਕੁਝ ਬਾਣੇ ਨੇ ਜੀ, ਇਹਨਾਂ ਨਾਲ ਜਿਹੜਾ ਵੈ ਪੁੱਛਣੇ ਆ ਨੇ ਕੁਝ ਗੱਲ ਪੇ ਬਾਣੇ ਨੇ, ਕਿਆ ਆਖੇ ਬਾਵਾ ਜੀ? ਜਿਸ ਬੰਦੇ ਫੁਹਾੜੇ ਲਵਾਣੇ ਆਉਣਾ, ਇਸ ਬੰਦੇ ਨਾਲ ਰਾਬਤਾ ਕਰਿਆ ਤੇ ਲਵਾਣਿਆਂ ਨਾਲ ਸਾਡੇ ਨਾਲ ਰਾਬਤਾ ਕਰਿਆ ਤੇ ਚਾਹ ਸਾਸੀ ਤੇ ਪਹਿਲੇ ਨਾਲ ਵਾਧਾ ਸੀ। ਇਹ ਚੈੱਕ ਕਰੋ ਜੀ, ਆਖਰੀ ਹੁਣ ਜਿਹੜਾ ਤਕਰੀਬਨ ਮਰਾਇਲ ਵਿੱਚ ਹੁਣ ਬਟਸਾਂਗ ਇੱਥੋਂ ਚਾਸਨ ਤੇ ਇੱਥੋਂ ਜਿਹੜਾ ਨਾ ਫਿਰ ਅੱਗੇ। ਤੇ ਉਸਤਾਦ ਜੀ, ਇਹ ਜਿਹੜੀ ਹੈ ਜਾਲੀ ਉਹ ਮੋਟੀ ਨਹੀਂ ਠੀਕ ਰਹਿਣੀ ਜਾਂ ਇਹ ਠੀਕ ਹੈ, ਕਾਮਯਾਬ ਹੈ? ਇਹ ਮੋਟੀ ਜਾਲੀ ਹੈ ਨਾ ਜੀ, ਇਹ ਬੜੀ ਕਾਮਯਾਬ ਹੈ। ਤਾਂ ਇੱਕ ਹੋਰ ਜਿਹੜੀ ਜਸਤੀ ਹੋਣੀ ਹੈ, ਬਾੜਾ ਮਾਰਿਓ ਇਸਤੇਮਾਲ ਕਰਨੇ ਨੂੰ ਉਹ ਨਹੀਂ ਠੀਕ, ਖਾਣਾ ਜ਼ਿਆਦਾ ਹੋਣਾ ਉਸਨੇ ਪੋਹ ਕਰਨਾ। ਅੱਛਾ, ਵਗ ਜਾਣਾ, ਠੀਕ ਠੀਕ, ਉਸਨੇ ਜਵਾਣੇ ਜੀ ਇਹ ਕਿਰ ਜਾਣਾ ਵੈ। ਤੇ ਇਸਨੇ ਉੱਪਰ ਪਹਿਲਾਂ ਇਹ ਜਿਹੜਾ ਵੈ ਪਹਿਲਾਂ ਵੀ ਇਹ ਮਿੱਟੀ ਛਿੱਟੀ ਪਈ ਹੈ, ਇਹ ਉਂਝ ਇਹ ਲਿੰਬਿਆ ਜੀ ਮੋਟਾ ਮੋਟਾ। ਅੱਛਾ, ਪਹਿਲਾਂ ਇਤਰੀ ਤੈ ਵੀ ਲੱਗਣੀ ਹੈ ਜੀ ਆਣੇ ਨੇ, ਇੱਕ ਵਾਰੀ ਪਹਿਲਾਂ ਲਾਈ ਹੈ ਫਿਰ ਅਪਰੂ ਜਿਹੜਾ ਤੇ ਇੱਕ ਹੋਰ ਹਾਲੇ ਲੱਗਸੀ ਇਸਨੇ ਅਪਰੂ। ਮੰਜੀਆਂ ਵਾਲਾ ਜਿਹੜਾ ਵੈ ਇਹ ਖਤਮ ਹੀ ਹੋ ਗਿਆ ਕੰਮ, ਕਿਹਾ ਕੰਮ ਖਤਮ ਹੋ ਗਿਆ, ਮੰਜੀਆਂ ਇੱਥੇ ਕਿੱਥੋਂ ਆਣਗੀਆਂ? ਮੰਜੀਆਂ ਵੀ ਹੁਣ ਜਿਹੜਾ ਉਹ ਨੀ ਨਾ ਇਤਨੀ, ਇਹ ਮੰਜੀ ਇੱਥੇ ਵੈਸੇ ਕਿਤਨੀਆਂ ਲਗਾਉਣਾ, 40-50 ਮੰਜੀ ਲਗਾ? ਇਹ ਲੱਸੀ ਸ਼ੱਸੀ ਲਾਣੇ ਹੋ ਕੋ ਨੀ ਜੀ? ਲਾਣੇ ਆ।
ਲੱਸੀ ਚਲਾਣੀ ਆ ਨਾ, ਠੀਕ ਹੋ ਗਿਆ ਤੇ ਅੱਜ ਆਂਦੀ ਇਹ ਕੋ ਨਹੀਂ ਖਲਾੜਾ, ਖਲਾੜਾ ਕੋ ਨਹੀਂ ਆਂਦੀ ਹੁਣ 12 ਵਜੇ ਪਲਾਸਾਂ ਨੇ ਨਾ ਰੋਟੀ ਨਾਲ, ਰੋਟੀ ਨਾਲ ਲਾਣੇ ਜਿਹੜਾ ਪਲਾਸਾਂ ਇਹ ਜਿਹੜਾ ਨਾ ਲੇਤਰੀ ਵਿੱਚ ਲੱਸੀ ਤੇ ਮੱਖਣ ਦਾ ਇਹ ਜਿਹੜਾ ਨਾ ਪੁਰਾਣੀਆਂ ਚੀਜ਼ਾਂ ਹੋਣੀਆਂ ਸਨ ਜੀ, ਤੇ ਆਣੇ ਨੇ ਕੋ ਜਿਹੜਾ ਨਾ ਉਹ ਹਲਵਾ ਦੇਣੇ ਹੋਣੇ ਸਨ ਜਿਹੜਾ ਵੈ ਲੇਤਰਿਆਂ ਕੀ ਹੈ, ਉਹ ਵੀ ਪਕਾਇਆ ਕੋ ਨਹੀਂ, ਉਹ ਪਕਾਸਾਂ ਨਾ ਜੀ, ਸਹੀ ਹੋ ਗਿਆ ਉਹ ਵੀ ਪਕਾਸਾਂ ਜੀ, ਜਣਾ ਇਹ ਵੀ ਬਾਂਹ ਛੁੰਘ ਕਰ ਲੱਗੇ ਆ। ਅੱਛਾ ਆਉਣੇ ਜੀ ਸਹਿ ਜਣੇ ਜਿਹੜਾ ਨਾ ਮਿਹਨਤ ਹੈ, ਇਧਰ ਗੱਲ ਕਰੋ ਨਾ ਜੀ, ਕਿਆ ਹਾਲ ਹੈ, ਠੀਕ ਹੋ ਜੀ? ਠੀਕ। ਕਿਆ ਨਾਮ ਤੁਸਾਂ? ਇਹਸਾਨ। ਇਹਸਾਨ ਤੇ ਸਕੂਲ ਜਾਣੇ ਹੋ ਕੋ ਨਹੀਂ? ਸਕੂਲ ਨਹੀਂ। ਕੋ ਨਹੀਂ, ਕਿਤੀ ਕਿਤੀ ਤੱਕ ਪੜ੍ਹੇ ਹੋ? 6 ਕਲਾਸ ਹੈ ਜੀ। ਜਿਹੜਾ ਵੈ ਕੌਡੀ ਛੋਡੀ ਨੇ ਪਲੇਅਰ ਨੂੰ, ਮੈਂ ਵੀ ਜਿਹੜਾ ਵੈ ਇੱਥੇ ਆਸ਼ਨਾ ਰਿਹਾ ਜੀ, ਖਰਾਲੀ ਜਿਹੜਾ ਵੈ ਕੋਈ ਪ੍ਰੈਕਟੋ ਸਸੰਗ ਵੀ ਠੜਕ ਸੀ 2000 ਤਕਰੀਬਨ 15-16 ਨੀ ਜਿਹੜਾ ਗੱਲ ਹੈ ਜਾਂ 17 ਨੀ ਉਹ ਲੈ, ਹੁਣ ਜਿਹੜਾ ਵੈ 24 ਪਿਆ ਜਾਣਾ ਮੈਂ, ਤਾਂ ਹੁਣ ਜਿਹੜਾ ਵੈ ਉਹ ਜਿਹੜਾ ਨਾ ਭੁੱਲੀ ਗਈ ਆ ਕੌਡੀ। ਅਤੇ ਤੁਸਾਂ ਅਬਦੁੱਲਾ ਬਾਈ ਖੇਡਣੇ ਹੋ ਪਏ ਜਾਂ ਕੋਈ ਨਹੀਂ ਇਹ ਦਿਹਾੜੇ? ਖੇਡਣੇ ਤਾਂ ਸ਼ਾਹ ਜੀ ਦੇ ਇੱਥੇ ਖਿਲਾੜੇ ਜੀ, ਰਾਤੀ ਪ੍ਰੈਕਟਿਸ ਕਰਨੇ ਲਾਤੀ ਫੈਕਚਰ ਹੋ ਗਈ। ਅੱਛਾ ਅੱਛਾ ਅੱਛਾ। ਜਿਹੜਾ ਜੀ ਇਹ ਦੁੱਧ ਵਾਲੇ ਡੋਲੇ 'ਚੋਂ ਜਿਹੜਾ ਨਾ ਹੱਥ ਤੋਂ ਧੋਤੇ ਸੋ, ਇਹ ਉਹ ਇੱਕ ਜਿਹੜਾ ਵਾ ਉਹ ਪਿੱਛੇ ਵੀ ਟੰਗੇ ਆ ਨੇ ਉਧਰੋਂ ਜਿਹੜਾ ਨਾ, ਇਹ ਮਤਲਬ ਦੁੱਧ ਨਾਲ ਵੀ ਕੰਮ ਕਰਨੇ ਹੋ? ਦੁੱਧ ਨਾਲ ਕੰਮ ਕਰੀ, ਸਹੀ ਹੋ ਗਿਆ। ਤੇ ਪਾਣੀ ਪਾਇਆ ਇਸ 'ਚ? ਪਾਣੀ ਜੀ ਗਾਰਾ ਬਣਾਉਣਾ ਸੀ, ਪਾਣੀ ਪਾਉਣਾ ਸੀ ਜੀ, ਇਹ ਪੂਰਾ ਹੋ ਗਿਆ ਵਾ। ਤਾਂ ਇਤਨਾ ਬੜਾ ਫੁਹਾੜਾ ਜਿਹੜਾ ਵਾ ਤੁਸਾਂ ਵੀ ਇੰਨਾ ਤੱਕਿਆ ਹੋ ਸੀ, ਜਿਹੜਾ ਨਾ ਬਹੁਤ ਤਾਰੀਖੀ ਜਿਹਾ ਜਣਿਆ ਫੁਹਾੜਾ ਲਾਇਆ ਵੈ, ਇਹ ਸਾਰਾ ਜਿਹੜਾ ਜਾਲੀ ਨਾ ਕਮਾਲ ਹੈ, ਮੰਜੀਆਂ ਨਾਲ ਇਤਨਾ ਨਹੀਂ ਲੱਗਣਾ, ਨਹੀਂ ਤਾਂ ਇਹਨਾਂ ਕੀ ਇਹ 15-20 ਫੁਹਾੜੇ ਲਾਣੇ ਪੈਣ ਆ ਜਿਹੜਾ ਨਾ। ਇਹ ਤਹਿਸੀਲ ਗੁਜਰ ਖਾਨ ਤਕਰੀਬਨ ਜ਼ਿਲ੍ਹਾ ਰਾਵਲਪਿੰਡੀ ਜਿਤਨਾ ਬੜਾ ਫੁਹਾੜਾ ਨਹੀਂ ਹੋਣ ਲੱਗਾ, ਇਹ ਇਸ ਪਾਸੋਂ ਥੋੜ੍ਹਾ ਜਿਹਾ ਲਮਕੇ ਆ ਜੀ ਪੇਟ ਜਾ। ਚਾਚਾ ਜੀ ਇਹ ਥੋੜ੍ਹਾ ਜਿਹਾ ਪੇਟ ਇਧਰੋਂ ਨਹੀਂ ਲੱਗਿਆ ਨਿਕਲਿਆ ਜੀ, ਜਾਲੀ ਥੋੜ੍ਹੀ ਦਬਾਅ ਜ਼ਿਆਦਾ ਛੋੜੀ ਸੀ ਨਾ, ਸਹੀ ਸਹੀ ਇਸ ਨਾਲ ਰੋਲਾ ਦਗੋ ਨਹੀਂ ਨਾ, ਕੋਈ ਟੈਨਸ਼ਨ ਨਹੀਂ, ਸਹੀ ਸਹੀ। ਇਹ ਇਸ ਪਾਸਿਓਂ ਜਿਹੜਾ ਜੀ ਆਣੇ ਨੇ ਥੋੜ੍ਹੀ ਜਾਲੀ ਦਬਾਅ ਛੋੜੀ ਆ ਜਣੇ ਆ, ਪਰ ਉਹ ਬਹੁਤ ਜ਼ਿਆਦਾ ਕੁੰਦਿਆ ਨੇ ਨਾ, ਉਸਨੇ ਵਜ੍ਹਾ ਤੋਂ ਜਿਹੜਾ ਵਾ ਇਹ ਥੋੜ੍ਹਾ ਜਿਹਾ ਹੋ ਗਿਆ, ਬਾਕੀ ਆਣੇ ਨੇ ਰੋਲਾ ਕੋ ਨਹੀਂ ਹੈ। ਪਾਸਾ ਜਿਹੜਾ ਜੀ ਪਹਿਲਾਂ ਬੜਾ ਫੁਹਾੜਾ ਲਿੰਬਿਆ ਨੇ, ਤਾਂ ਹੁਣ ਇਹ ਫੁਹਾੜੇ ਨਾਲ ਜਿਹੜਾ ਲੋਕਾਂ ਜਿਹਾ ਬੱਚਾ ਵੈ, ਇਹ ਇੱਧਰ ਜਿਹੜਾ ਨਾ ਲਿੰਬਣ ਲੱਗਣ, ਭਾਈ ਹੋਰਾਂ ਨਾਲ ਸਿਗਰਟ ਵੀ ਲਾਇਆ ਆਈਆਂ ਜਿਹੜਾ ਜਿਹਦੇ ਵੀ ਉਸ ਬਵਾ ਔਰ ਆਣੇ ਨੂੰ ਗੇ ਬਹੁ ਜਿਹੜਾ ਨਾ ਬੋਤਲਾਂ ਸ਼ੋਤਲਾਂ ਆਉਂਦੀਆਂ ਨੇ ਗੌਰਮੇ ਸ਼ੋਰਮੇ, ਅਤੇ ਚਾਹ ਵੀ ਇਹ ਬਾਹਣ ਲੱਗੇ, ਇਹ ਟਾਟ ਜਾਂ ਡੜੇ ਆ ਵੈ ਇਸੇ ਉੱਪਰ ਬਹਿ ਗਿਆ, ਤਾਂ ਜਿਹੜਾ ਨਾ ਪੀਣੇ ਆ ਚਾਹ ਸ਼ਾਹ, ਤੇ ਇਹ ਹੈ ਜਿਹੜਾ ਨਾ ਪਾਣੀ ਥੋੜ੍ਹਾ ਪੀ ਕੇ ਨਾ ਜੀ, ਮੈਂ ਪਾਉਣਾ ਕੋਈ ਕੂਲਰ ਵੀ ਰੱਖੇ ਆ ਨੇ ਜੀ ਪਾਣੀ ਇਲਾਵੇ, ਗਰਮੀ ਕਾਫੀ ਹੋ ਗਈ ਹੈ, ਕਿਆ ਖਿਆਲ ਹੈ ਬਾਬਾ ਜੀ? ਜੇਠ ਜਿਹੜਾ ਨਾ ਤੱਪਣਾ ਪਿਆ, ਅੱਜ 8-9 ਹੋ ਗਈ ਹੈ, ਜੇਠ ਹੈ ਨਹੀਂ ਲੇਕਿਨ ਬਾਰਿਸ਼ ਕੋ ਨਹੀਂ ਪੀ ਹੋਣੀ, ਤਾਂ ਉਸ ਵਜ੍ਹਾ ਤੋਂ ਜਿਹੜਾ ਨਾ ਕਾਫੀ ਗਰਮੀ ਜਿਹੜਾ ਤੱਪੀ ਹੈ। ਬਾਬਾ ਜੀ ਬਿਸਕੁਟ ਕੋ ਨਹੀਂ, ਮੈਂ ਹੁਣੀ ਨਾਸ਼ਤਾ ਕੀਤਾ, ਬਿਸਕੁਟ ਵੀ ਜਿਹੜਾ ਅੱਜ ਆਉਂਦੇ ਨੇ, ਕਿਆ ਬਾਤ, ਪਹਿਲਾਂ ਰਸਾਂ ਹੋਣੀਆਂ ਹੋਣੀਆਂ, ਹੁਣ ਜਿਹੜਾ ਵੈ ਇਹੀ ਆ ਗੱਲ, ਇਹੀ ਆ ਗੱਲ। ਮੈਂ ਤਾਂ ਜਿਹੜਾ ਨਾ ਨਾਸ਼ਤਾ ਜਾਂ ਇਹ ਜਿਹੜੀਆਂ ਚੀਜ਼ਾਂ ਨਾ ਜਿਤਨੀ ਚਸ ਕਰਨੀਆਂ ਘਰ ਨਹੀਂ ਕਰਨੀਆਂ, ਨਿਕਾ ਜਾ ਸਾਂ ਤੇ ਜੀ ਇਸੇ ਕੰਮੇ ਸਾੜੇ ਕਿ ਬਜ਼ੁਰਗੀ ਦੇ ਕੇ ਜ਼ਿੰਮੇਦਾਰੀ ਵਾਲਾ ਖਾਤਾ, ਜ਼ਿੰਦਗੀ ਚ ਇਤਨਾ ਬੜਾ ਫੁਹਾੜਾ ਨਾ ਲਗਾ ਤੇ ਨਾ ਅਗੂ ਕੋਈ ਲਾਸੀ, ਤੇ ਇਸ ਵਾਰੀ ਇਹ ਕਹਿ ਕਿਸ ਤਰ੍ਹਾਂ ਜਿਹੜਾ ਹੈ, ਇਸ ਵਾਰੀ ਇਹ ਸਾਰੇ ਜਣੇ ਰਲੇ ਸਨ ਭਰਾ ਨਾਲ, ਇਹਨਾਂ ਮਦਦ ਕੀਤੀ ਹੈ ਤੇ ਲੱਗ ਗਿਆ ਜੀ। ਤੇ ਵੀ ਉਸ ਤੁਸਾਂ ਕੀ ਤਕਾਇਆ ਜੀ ਫੁਹਾੜਾ ਜਿਹੜਾ ਵੈ ਜਿਹੜਾ ਨਾ ਬਜ਼ੁਰਗਾਂ ਨਾਲ ਵੀ ਗੱਪ ਮਾਰੀ ਹੈ ਬਾਕੀ ਜਣਿਆਂ ਨਾਲ ਵੀ, ਤੇ ਉਮੀਦ ਕਰਸਾਂ ਤੁਸਾਂ ਕਿ ਅੱਜ ਦੀ ਵੀਡੀਓ ਪਸੰਦ ਆਈ ਹੋ, ਅਸੀਂ ਵੀਡੀਓ ਅਗਰ ਪਸੰਦ ਆਈ ਹੋ ਇਸ ਵੀਡੀਓ ਕੀ ਲਾਈਕ ਜ਼ਰੂਰ ਕਰਨਾ ਹੈ ਔਰ ਅਸਾਂ ਨੇ ਚੈਨਲ ਕੀ ਸਬਸਕ੍ਰਾਈਬ ਜ਼ਰੂਰ ਕਰਨਾ ਹੈ। ਅਗਲੀ ਵੀਡੀਓ ਤੱਕ ਅੱਲਾ ਹਾਫਿਜ਼।